ਦਰਬਾਰ ਸਾਹਿਬ ਦੀ ਘੇਰਾਬੰਦੀ ਤੋਂ ਬਾਅਦ ਸੰਤ ਜਰਨੈਲ ਸਿੰਘ ਪਿੰਡਰਾਂਵਾਲਿਆਂ ਨੂੰ ਸਿਰਫ 3 ਪੱਤਰਕਾਰ ਹੀ ਮਿਲ ਸਕੇ, ਜਿਨ੍ਹਾਂ ਵਿੱਚੋਂ ਪਹਿਲੇ ਸਨ BBC ਦੇ ਪੱਤਰਕਾਰ ਮਾਰਕ ਟੱਲੀ। ਉਹ 2 ਜੂਨ ਨੂੰ ਸੰਤ ਜਰਨੈਲ ਸਿੰਘ ਪਿੰਡਰਾਂਵਾਲਿਆਂ ਨੂੰ ਮਿਲੇ। ਮੁਗਲ ਰਾਜ ਅਤੇ ਅੰਗਰੇਜ਼ਾਂ ਦੇ ਰਾਜ ਦੇ ਸਾਰੇ ਪਾਪ ਨੂੰ ਇਸ ਰਾਜ ਵਾਲਿਆਂ ਨੇ ਮੌਤ ਪਾ ਦਿੱਤਾ ਜੋ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ। ਮੇਰੇ ਵੱਲੋਂ ਸਿੱਖਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਇਹਦਾ ਮੂੰਹ ਤੋੜ ਮੈਂ ਜਵਾਬ ਦੇਣ, ਕੇਵਲ ਕਮਰ ਕਸੈ ਨਾ ਕਰਨ, ਕਮਰ ਕਸੈ ਕਰਕੇ ਤੁਰਨ। ਫੌਜ ਦੀ ਘੇਰਾਬੰਦੀ ਤੋਂ ਬਾਅਦ ਕਿਸੇ ਤਰ੍ਹਾਂ ਉੱਘੇ ਫੋਟੋਗ੍ਰਾਫਰ ਰਘੂ ਰਾਏ ਅਕਾਲ ਤਖ਼ਤ 'ਤੇ ਪਹੁੰਚੇ। ਉਹਨਾਂ ਨੇ ਸੰਤ ਜਰਨੈਲ ਸਿੰਘ ਜੀ ਦੀ ਆਖਰੀ ਫੋਟੋ ਖਿੱਚੀ। ਰਘੂ ਰਾਏ ਦੇ ਮੁਤਾਬਕ ਉਸਨੇ ਇਹ ਤਸਵੀਰ ਸੰਤ ਜਰਨੈਲ ਸਿੰਘ ਜੀ ਦੇ ਸ਼ਹੀਦ ਹੋਣ ਤੋਂ 1 ਦਿਨ ਪਹਿਲਾਂ ਖਿੱਚੀ। ਤੀਸਰੇ ਪੱਤਰਕਾਰ ਟਾਈਮਜ਼ ਆਫ ਇੰਡੀਆ ਦੇ ਸ਼ਵਾਸ਼ ਕਿਰਪੇਕਰ ਸਨ। ਉਹਨਾਂ ਨੇ ਸੰਤਾਂ ਨਾਲ ਹੋਈ ਵਾਰਤਾਲਾਪ ਨੂੰ ਆਪਣੀ ਪੁਸਤਕ ਦਾ ਪੰਜਾਬ ਸਟੋਰੀ ਵਿੱਚ ਲਿਖਿਆ ਹੈ।